ਤੇ ਉਧਰ ਓਨਟੇਰੀਓ ਪ੍ਰਸਤਾਵਿਤ ਬਿੱਲ ਦੇ ਉਸ ਵਿਵਾਦਿਤ ਹਿੱਸੇ ਨਾਲ ਅੱਗੇ ਵਧੇਗਾ ਜਿਸ ਕਾਰਨ ਪ੍ਰੋਵਿੰਸ ਦੀ ਮਹਿਫੂਜ਼ ਗ੍ਰੀਨ ਬੈਲਟ ਨੂੰ ਵਿਕਾਸ ਲਈ ਖੋਲ੍ਹੇ ਜਾਣ ਦੀ ਤਜਵੀਜ਼ ਸੀ। ਮਿਊਂਸੀਪਲ ਮਾਮਲਿਆਂ ਦੇ ਮੰਤਰੀ ਸਟੀਵ ਕਲਾਰਕ ਦਾ ਕਹਿਣਾ ਕਿ ਸਰਕਾਰ ਨੇ ਮਿਊਂਸੀਪੈਲਿਟੀਜ਼ ਨੂੰ ਪਲੈਨਿੰਗ ਦੇ ਲਈ ਅਜਿਹੇ ਵਿਸ਼ੇਸ਼ ਅਖਤਿਆਰ ਦੇਣ ਦੀ ਯੋਜਨਾ ਦਾ ਇਰਾਦਾ ਵਿਚਾਲੇ ਹੀ ਛੱਡਣ ਦਾ ਫੈਸਲਾ ਕੀਤਾ, ਜਿਸ ਨਾਲ ਉਹਨਾਂ ਨੂੰ ਗ੍ਰੀਨ ਬੈਲਟ ਦੀ ਹਿਫਾਜ਼ਤ ਕਰਨ ਵਾਲੇ ਕਾਨੂੰਨਾਂ ਵਰਗੇ ਕੁਝ ਹੋਰਨਾਂ ਨਿਯਮਾਂ ਵਿੱਚ ਤਬਦੀਲੀਆਂ ਕਰਨ ਦਾ ਅਧਿਕਾਰ ਮਿਲ ਜਾਣਾ ਸੀ। ਸੋਸ਼ਲ ਮੀਡੀਆ ਉੱਤੇ ਪੋਸਟ ਕੀਤੇ ਸੁਨੇਹੇ ਵਿੱਚ ਕਲਾਰਕ ਨੇ ਆਖਿਆ ਕਿ ਸਰਕਾਰ ਨੇ ਵਿਧਾਇਕਾਂ, ਮਿਊਂਸੀਪੈਲਿਟੀਜ਼ ਅਤੇ ਸਟੇਕ ਹੋਲਡਰਸ ਦੇ ਪੱਖ ਵਿੱਚ ਵੀ ਜੋ ਸੁਣਿਆ, ਜਿਹੜੇ ਇਸ ਬਿੱਲ ਦੇ ਮਹਿਫੂਜ਼ ਜ਼ਮੀਨ ਉੱਤੇ ਪੈਣ ਵਾਲੇ ਨਕਾਰਾਤਮਕ ਅਸਰ ਨੂੰ ਲੈ ਕੇ ਚਿੰਤਤ ਸਨ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਦਸੰਬਰ ਵਿੱਚ ਪੇਸ਼ ਬਿੱਲ 66 ਬਾਰੇ ਇਹ ਐਲਾਨ ਕੀਤਾ ਸੀ। ਪਲੈਨਿੰਗ ਦਾ ਅਖਤਿਆਰ ਵੀ ਇਸ ਬਿੱਲ ਦਾ ਹਿੱਸਾ। ਉਦੋਂ ਇਹ ਵੀ ਆਖਿਆ ਗਿਆ ਸੀ ਕਿ ਉਹਨਾਂ ਨੂੰ ਲੱਗਦਾ ਕਿ ਇਸ ਨਾਲ ਆਰਥਿਕ ਵਿਕਾਸ ਵੀ ਹੋਵੇਗਾ, ਪਰ ਆਲੋਚਕਾਂ ਦਾ ਕਹਿਣਾ ਕਿ ਬਿੱਲ 66 ਵਿੱਚ ਅਜਿਹੀ ਭਾਸ਼ਾ ਦੀ ਵਰਤੋਂ ਕੀਤੀ ਗਈ ਜਿਸ ਨਾਲ ਕਈ ਪਹਿਲਾਂ ਤੋਂ ਹੀ ਕਾਇਮ ਥਾਵਾਂ ਨੂੰ ਵੀ ਖਤਰਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਫੋਰਡ ਸਰਕਾਰ ਵੱਲੋਂ ਪਹਿਲਾਂ ਗ੍ਰੀਨ ਬੈਲਟ ਦੇ ਕੁਝ ਹਿੱਸਿਆਂ ਉੱਤੇ ਵਿਕਾਸ ਦੇ ਨਾਂ ਉੱਤੇ ਉਸਾਰੀਆਂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਸੀ, ਪਰ ਵਿਰੋਧੀ ਪਾਰਟੀਆਂ ਅਤੇ ਮਾਹਿਰਾਂ ਵੱਲੋਂ ਕੀਤੀ ਗਈ ਆਲੋਚਨਾ ਤੋਂ ਬਾਅਦ ਫੋਰਡ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ ਵਾਪਸ ਲੈ ਲਿਆ।